स्टार एजी न्यूज चैनल से तुहाड़ा स्वागत करते हैं। नवीं ते ताज़ी खबर देखने लिए स्टार एजी न्यूज चैनल नूं लाइक शेयर कमेंट और सबसक्राइब जरूर करो। वाहेगुरु जी का खालसा वाहेगुरु जी की फतेह। जिस तरह की हर साल गुरु रामदास जी का प्रकाश पुरब मनाया जाता वा तो गुरुद्वारा पिपली साहब तो जो विशाल एक नगर कीर्तन जोड़ा वा श्री सचखंड श्री हरिमंदर साहब पहुँचता वा तो इस टाइम असी हाल गेट के अंदर खड़े हाँ तो जो नगर कीर्तन है उसके नाल नाल जा रहे हैं तो तुहानू असी गुरुद्वारा श्री सचखंड दरबार साहब तक लैके चलते हैं तो संगत नाल पहुँचते हैं सचखंड श्री दरबार साहब जी। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਭ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਾਹਿਰ ਦੇ ਪਾਵਨ ਪ੍ਰਕਾਸ਼ ਪੁਰਬ ਦੀ ਸ਼ੁਭ ਸੰਗਤਾਂ ਨੂੰ ਬਹੁਤ ਬਹੁਤ ਵਧਾਈ। ਇਹ ਪ੍ਰਭਾਤ ਫੇਰੀ ਗੁਰਦੁਆਰਾ ਪਿੱਪਲੀ ਸਾਹਿਬ ਤੋਂ ਆਏ ਸਾਲ ਦੀ ਤਰ੍ਹਾਂ ਵਿਸ਼ਾਲ ਰੂਪ ਦੇ ਵਿੱਚ ਸਤਨਾਮ ਵਾਹਿਗੁਰੂ ਦਾ ਜਾਪ ਕਰਦਾ ਹੋਇਆ ਬਾਣੀ ਪੜ੍ਹਦਾ ਹੋਇਆ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਾ ਰਹੀ ਹੈ। ਸਾਡਾ ਪ੍ਰਭਾਤ ਫੇਰੀ ਕੱਢਣ ਦਾ ਮਕਸਦ ਇਹੋ ਹੀ ਆ ਸਿੱਖ ਸੰਗਤਾਂ ਨੂੰ ਸਿੱਖ ਸਿਧਾਂਤਾਂ ਨੂੰ ਜਾਗਰੂਕ ਕਰਨਾ, ਨਸ਼ਿਆਂ ਦਾ ਤਿਆਗ ਕਰਨਾ, ਅੰਮ੍ਰਿਤਧਾਰੀ ਹੋ ਕੇ ਗੁਰੂ ਦੀਆਂ ਸਿੱਖਿਆਵਾਂ ਅਨੁਸਾਰ ਆਪਣਾ ਜੀਵਨ ਬਤੀਤ ਕਰਨਾ ਅਤੇ ਗੁਰੂ ਸਾਹਿਬ ਦੇ ਪਾਏ ਹੋਏ ਪੂਰਨਿਆਂ ਦੇ ਚੱਲ ਕੇ ਉਹਨਾਂ ਵਰਗਾ ਆਦਰਸ਼ ਜੀਵਨ ਜੀਵਣਾ। ਸਾਡੀ ਪ੍ਰਭਾਤ ਫੇਰੀ ਦਾ ਮਕਸਦ ਇਹੋ ਹੀ ਆ ਕਿ ਅਸੀਂ ਜਿਹੜੇ ਵੀਰ ਭੈਣ ਭਰਾ ਸਿੱਖੀ ਤੋਂ ਦੂਰ ਗਏ ਨੇ ਉਹਨਾਂ ਨੂੰ ਗੁਲਵੱਕੜੀ ਦੇ ਵਿੱਚ ਲੈ ਕੇ ਉਹਨਾਂ ਨੂੰ ਘਰ ਵਾਪਸ ਕਰਾਈ ਜਾਵੇ ਅਤੇ ਉਹਨਾਂ ਨੂੰ ਗੁਰੂ ਵਾਲੇ ਬਣਾ ਕੇ ਗੁਰੂ ਮਾਰਗ ਦੇ ਉੱਤੇ ਚਲਾਇਆ ਜਾਵੇ। ਸਾਰੀ ਸੰਗਤ ਨੂੰ ਫਿਰ ਮੈਂ ਇੱਕ ਵਾਰ ਗੁਰੂ ਰਾਮਦਾਸ ਜੀ ਮਾਹਰ ਦੇ ਪ੍ਰਕਾਸ਼ ਪੁਰਬ ਦੀ ਬਹੁਤ ਬਹੁਤ ਵਧਾਈ ਦਿੰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਕਿ ਇੱਥੇ ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਉਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਇੱਥੇ ਸੰਗਤ ਦਾ ਪੂਰਾ ਸਹਿਯੋਗ ਸਜਾ ਵਾ, ਬੜੀ ਧੂਮਧਾਮ ਨਾਲ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ। ਸੰਗਤਾਂ ਥਾਂ ਥਾਂ 'ਤੇ ਲੰਗਰ ਲੱਗੇ ਆ, ਚਾਹ ਦੇ ਲੰਗਰ ਆ, ਪਕੌੜੇ ਦਾ ਲੰਗਰ ਆ। ਸੰਗਤਾਂ ਬਹੁਤ ਸਹਿਯੋਗ ਕਰ ਰਹੀਆਂ, ਬਹੁਤ ਵਧੀਆ ਪ੍ਰੋਗਰਾਮ ਚੱਲ ਰਿਹਾ।